ਜਿੱਦਾਂ ਦਿਹਾੜੀ ਜੋਤਾਂ ਕਰਦੇ ਹਾਂ ਅਸੀਂ, ਕਿੱਥੋਂ ਇੰਨਾ ਸਮਾਨ ਬਣਾਵਾਂਗੇ, ਫਰਿੱਜ ਵਗੈਰਾ ਸਾਰਾ ਕੁਛ ਉਹਨਾਂ ਨੇ, ਬੈੱਡ ਬੁੱਡ ਸਾਰਾ ਕੁਛ ਜਾਲਤਾ ਉਹਨਾਂ ਨੇ, ਕੁਛ ਨਹੀਂ ਬਚਿਆ ਹੈਗਾ। ਸਾਡੇ ਬੱਚਿਆਂ ਨੇ ਜਿਹੜੇ ਕੱਪੜੇ ਪਾਏ ਹੋਏ ਨੇ ਇਹੀ ਬੱਚੇ ਨੇ, ਬਾਕੀ ਸਾਰੇ ਉਹਨਾਂ ਨੇ ਅੱਗ ਲਾ ਕੇ ਉਹਤੇ ਵਰਕਸ਼ਾਪ 'ਚ ਲੱਗੇ ਹੋਏ ਨੇ, ਨਾਭੇ ਕੰਮ ਕਰਦੇ। ਮੇਰਾ ਘਰ ਵਾਲੇ ਜੀ ਗਿਆ ਹੋਇਆ, ਉਹ ਬਾਹਰ ਮਸ਼ੀਨ 'ਤੇ ਗਏ ਹੋਏ ਨੇ। ਆਪਣੀ ਸਕਰੀਨ 'ਤੇ ਜੋ ਤੁਸੀਂ ਤਸਵੀਰਾਂ ਦੇਖ ਰਹੇ ਹੋ, ਇਹ ਤਸਵੀਰਾਂ ਨਾਭਾ ਦੇ ਪਿੰਡ ਖੋਖ ਦੇ ਇੱਕ ਗਰੀਬ ਪਰਿਵਾਰ ਦੀਆਂ ਨੇ। ਨਸ਼ੇ ਦੀ ਹਾਲਤ ਵਿੱਚ ਇਸ ਪਰਿਵਾਰ ਦੇ ਵੱਡੇ ਮੁੰਡੇ ਵੱਲੋਂ ਬੇਖੌਫ ਹੋ ਕੇ ਆਪਣੇ ਹੀ ਘਰ ਨੂੰ ਅੱਗ ਲਾਉਣ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ। ਅੱਗ ਲਾਉਣ ਤੋਂ ਪਹਿਲਾਂ ਮੁੰਡੇ ਵੱਲੋਂ ਆਪਣੇ ਪਰਿਵਾਰਕ ਮੈਂਬਰਾਂ ਦੀ ਕੁੱਟਮਾਰ ਵੀ ਕੀਤੀ ਗਈ। ਅੱਗ ਲੱਗਣ 'ਤੇ ਘਰ ਵਿੱਚ ਪਿਆ ਸਾਰਾ ਸਮਾਨ ਸੜ ਕੇ ਸਵਾਹ ਹੋ ਗਿਆ। ਨਾਭਾ ਸਦਰ ਪੁਲਿਸ ਵੱਲੋਂ ਦੋਸ਼ੀ ਖਿਲਾਫ਼ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਅਸੀਂ ਕੰਮ ਤੋਂ ਆਏ ਸੀ ਦਿਹਾੜੀ ਤੋਂ, ਮੇਰਾ ਜੇਠ ਆ ਕੇ ਮੇਰੀ ਜਠਾਣੀ ਨੂੰ ਬੋਲਣ ਲੱਗ ਗਏ। ਉਸ ਤੋਂ ਬਾਅਦ ਬੋਲੀ ਗਏ, ਸਾਨੂੰ ਐਂ ਸੀ ਚੱਲ ਅੱਗੇ ਵੀ ਬੋਲ ਬੋਲ ਕੇ ਹਟ ਜਾਂਦੇ ਨੇ। ਪਹਿਲਾਂ ਥੱਪੜ ਜਿਹੇ ਮਾਰਨ ਨੂੰ ਆਉਂਦਾ ਸੀ ਪਰ ਮਾਰਿਆ ਨਹੀਂ ਹੈਗਾ। ਫਿਰ ਉਹਨਾਂ ਨੇ ਪਰਦਾ ਇਹਦਾ ਪੈਪ ਤਾਰ ਲਿਆ। ਮੈਂ ਕਿਹਾ ਚੱਲ ਵੀ ਮਾਰਨ ਨਾ ਕਿਤੇ ਮੈਂ ਮੂਹਰੇ ਚਲੇ ਗਈ। ਪਹਿਲਾਂ ਤਾਂ ਉਹਨਾਂ ਨੇ ਮਾਰਿਆ ਨਹੀਂ, ਸਾਡੇ ਸਾਨੂੰ ਕਹਿੰਦੇ ਘਰੋਂ ਬਾਹਰ ਚੱਲ ਜਾਓ, ਅਸੀਂ ਚਲੇ ਗਏ। ਉਸ ਤੋਂ ਬਾਅਦ ਸਾਨੂੰ ਮੋੜ ਲਿਆ ਜਾ ਕੇ। ਜਦ ਅਸੀਂ ਦੁਬਾਰਾ ਆਏ ਫਿਰ ਸਾਨੂੰ ਉਹਨਾਂ ਨੇ ਇਹਨਾਂ ਦੇ ਪੈਪ ਮਾਰਿਆ। ਜਦ ਮੈਂ ਛਡਾਉਣ ਆਈ ਮੂਹਰੇ, ਮੇਰੇ ਵੀ ਲੱਗਿਆ ਪੈਪ, ਵੀ ਮੇਰੇ ਵੀ ਮਾਰਿਆ ਉਹਨਾਂ ਨੇ। ਸੱਸ ਦੇ ਵੀ ਮਾਰਨ ਆਉਂਦੇ ਸੀਗੇ। ਫਿਰ ਅਸੀਂ ਉਹ ਕਹਿੰਦੇ ਅਸੀਂ ਮੈਂ 10 ਮਿੰਟ ਤੱਕ ਆਉਣਾ, ਤੁਹਾਨੂੰ ਆ ਕੇ ਦੱਸਦਾ ਪਤਾ। ਅਸੀਂ ਡਰਦੇ ਮਾਰੇ ਚਲੇ ਗਏ ਵੀ ਚੱਲ ਆਪੀ ਪੈ ਜਾਣਗੇ, ਸੌਂ ਜਾਣਗੇ। ਸਾਡੇ ਆਉਂਦਿਆਂ ਨੂੰ ਅਸੀਂ ਬਾਹਰ ਬੈਠੇ ਸੀਗੇ, ਕਿਸੇ ਦੇ ਘਰ ਲੁਕੇ ਹੋਏ ਸੀਗੇ। ਸਾਡੇ ਆਉਂਦਿਆਂ ਨੂੰ ਹੀ ਉਹਨਾਂ ਨੇ ਅੱਗ ਲਾ ਕੇ ਸਾਰਾ ਘਰ ਫੂਕਤਾ ਸੀ। ਸਾਨੂੰ ਤਾਂ ਲੋਕਾਂ ਨੇ ਜਿਨ੍ਹਾਂ ਨੇ ਅੱਗ ਬੁਝਾਈ ਹੈ ਸਾਨੂੰ ਤਾਂ ਉਹਨਾਂ ਨੇ ਦੱਸਿਆ। ਮੇਰਾ ਹੀ, ਮੇਰੀ ਜਠਾਣੀ ਦਾ ਅਤੇ ਮੇਰੀ ਸੱਸ ਦਾ ਜੀ, ਤਿੰਨਾਂ ਦੇ ਸਾਰੇ ਸਮਾਨ ਨੂੰ ਅੱਗ ਲਾ ਤੀ, ਫੂਕਤਾ ਜੀ ਸਾਰਾ ਕੁਛ। ਨਹੀਂ, ਕੁਛ ਨਹੀਂ ਬਚੇ ਹੈਗੇ, ਸਾਰੇ ਕੱਪੜੇ। ਹਾਂਜੀ, ਦਾਰੂ ਪੀਤੀ ਹੋਈ ਸੀਗੀ ਉਹਨਾਂ ਦੀ। ਅੱਗੇ ਵੀ ਕਰਦੇ ਨੇ ਸਾਨੂੰ ਐਸ ਕਿ ਵੀ ਚੱਲ ਆਪੀ ਸਮਝ ਜਾਣਗੇ, ਪਰ ਉਹਨਾਂ ਨੇ ਸਾਨੂੰ ਇੰਨਾ ਨਹੀਂ ਸੀ ਪਤਾ ਵੀ ਇੰਨੀ ਕਰਨਗੇ ਸਾਡੇ ਨਾਲ। ਸਾਡੇ ਬੱਚਿਆਂ ਦੇ ਜਿਹੜੇ ਕੱਪੜੇ ਪਾਏ ਹੋਏ ਨੇ ਇਹੀ ਬੱਚੇ ਨੇ, ਬਾਕੀ ਸਾਰੇ ਉਹਨਾਂ ਨੇ ਅੱਗ ਲਾ ਕੇ ਉਹਤੇ ਵਰਕਸ਼ਾਪ 'ਚ ਲੱਗੇ ਹੋਏ ਨੇ, ਨਾਭੇ ਕੰਮ ਕਰਦੇ। ਮੇਰਾ ਘਰ ਵਾਲੇ ਜੀ ਗਿਆ ਹੋਇਆ, ਉਹ ਬਾਹਰ ਮਸ਼ੀਨ 'ਤੇ ਗਏ ਹੋਏ ਨੇ। ਹੁਣ ਜੀ ਸਾਡਾ ਜਿਹੜਾ ਸਮਾਨ ਫੂਕਿਆ ਸਾਨੂੰ ਵਾਪਸ ਸਾਡਾ ਕੀਤਾ ਜਾਵੇ, ਸਾਨੂੰ ਦੁਬਾਰਾ ਸਮਾਨ ਸਾਡਾ ਦੇਣਾ, ਕਿਉਂਕਿ ਮੈਂ ਅਸੀਂ ਤਾਂ ਦਿਹਾੜੀ ਜੋਤਾਂ ਕਰਦੇ ਹਾਂ, ਅਸੀਂ ਕਿੱਥੋਂ ਇੰਨਾ ਸਮਾਨ ਬਣਾਵਾਂਗੇ, ਫਰਿੱਜ ਵਗੈਰਾ ਸਾਰਾ ਕੁਛ ਉਹਨਾਂ ਨੇ, ਬੈੱਡ ਬੁੱਡ ਸਾਰਾ ਕੁਛ ਜਾਲਤਾ ਉਹਨਾਂ ਨੇ, ਕੁਛ ਨਹੀਂ ਬਚਿਆ ਹੈਗਾ। ਪੀੜਾ ਸੈੱਟ ਮੇਰਾ, ਕੱਪੜੇ ਸਾਰੇ ਜਲ ਗਏ, ਸਾਰੀ ਭੰਨ ਤੋੜ ਸਾਰੀ ਕੀਤੀ ਪਈ ਉਹਨਾਂ ਨੇ, ਦਰਵਾਜ਼ੇ ਦੂਜੇ ਭੰਨ ਕੇ LCD ਜਾਲਤੀ ਉਹਨਾਂ ਨੇ। ਦਾਰੂ ਪੀ ਕੇ ਜੀ ਕੁੱਟਮਾਰ ਕਰਦਾ, ਨਸ਼ੇ ਕਰਦਾ ਜੀ, 14-15 ਸਾਲ ਹੋ ਗਏ ਜੀ ਉਹਨੂੰ ਇਹੀ ਕੰਮ ਕਰਦੇ। ਹਾਂਜੀ, ਅਤੇ ਨਸ਼ਾ ਕਰਕੇ ਕੁੱਟਦਾ ਮਾਰਦਾ ਜੀ। ਰਾਤ ਕੀ ਗੱਲ ਹੋ ਗਈ ਸੀ? ਰਾਤ ਸਰ ਕੋਈ ਗੱਲ ਨਹੀਂ ਹੋਈ ਹੈਗੀ ਸੀ, ਅਤੇ ਅਸੀਂ ਦਿਹਾੜੀ 'ਤੇ ਆਈਆਂ ਤੀਆਂ ਅਤੇ ਰੋਟੀ ਪਾਣੀ ਬਣਾ ਕੇ ਅੰਦਰ ਵੜੀਆਂ, ਅਤੇ ਆਉਂਦੀ ਸਾਰੇ ਕੁੱਟਣ ਮਾਰਨ ਲੱਗ ਗਿਆ ਸਾਨੂੰ, ਲੋਹੇ ਦੇ ਪੈਪਾਂ ਨਾਲ ਉਹਨੇ ਸਾਨੂੰ ਕੁੱਟੇ। ਹਟਾਇਆ ਨਹੀਂ ਕਿਸੇ ਨੇ ਘਰ ਕੋਈ? ਨਹੀਂ, ਕੋਈ ਵੀ ਨਹੀਂ ਸੀਗਾ ਘਰ। ਅਤੇ ਉਦੋਂ ਬਾਅਦ ਸਾਨੂੰ ਕਹਿ ਕੇ ਗਿਆ ਵੀ ਮੈਂ ਤੇਲ ਲੈ ਕੇ ਆਉਣਾ, ਵੀ ਤੁਹਾਨੂੰ ਫੂਕੂੰਗਾ ਤੁਹਾਨੂੰ ਸਾਰਿਆਂ ਨੂੰ, ਵਿੱਚੇ ਬੱਚਿਆਂ ਨੂੰ, ਵਿੱਚੇ ਤੁਹਾਨੂੰ। ਹਾਂਜੀ, ਪੈਟਰੋਲ ਲਿਆ ਕੇ ਫਿਰ ਸਾਰੇ ਅੱਗ ਲਾਈ ਹੈ ਜੀ ਉਹਨੇ। ਸਾਨੂੰ ਲਾਉਣ ਆਇਆ ਸੀਗਾ ਅੱਗ ਜੀ, ਅਸੀਂ ਡਰਦੇ ਭੱਜ ਗਏ ਘਰੋਂ, ਅੱਗ ਤਾਂ ਹੀ ਸਾਨੂੰ ਲਾਉਣ ਆਇਆ ਸੀਗਾ। ਹਾਂਜੀ, ਪਹਿਲਾਂ ਹੀ ਸ਼ਰਾਬ ਪੀ ਕੇ ਕਰਦਾ ਹੈ ਜੀ, ਜੇ ਕੁੱਟਮਾਰ ਕਰਕੇ ਆਉਣਾ ਚਾਹੇ ਨਾ ਪੈ ਜਾਂਦਾ ਤੀ ਜੀ, ਕੋਈ ਨਹੀਂ ਚੱਲ ਟੇਕ ਹੋ ਜਾਂਦੀ ਤੀ। ਜਿਹੜਾ ਅੱਜ ਰਾਤ ਕੱਲ੍ਹ ਕਰਿਆ ਜੀ, ਇਹ ਜਣ 'ਚ ਥੋੜ੍ਹਾ ਜਿਹਾ ਜ਼ਿਆਦਾ ਨਜਾਇਜ਼ ਬਹੁਤਾ ਕਰਤਾ ਜੀ, ਲੱਖਾਂ 'ਚ ਨੁਕਸਾਨ ਕਰਤਾ ਜੀ ਅੱਗ ਲਾ ਕੇ ਉਹਨੇ। ਅਸੀਂ ਤਾਂ ਜੀ ਪਹਿਲਾਂ ਕੁੱਟਮਾਰ ਕਰਨ ਲੱਗ ਗਿਆ, ਪਹਿਲਾਂ ਸਾਨੂੰ ਬਾਹਰ ਕੱਢਤਾ ਧੱਕੇ ਦੇ ਕੇ ਉਹਨੇ ਸਾਰਿਆਂ ਨੂੰ, 8-7 ਜਣਿਆਂ ਨੂੰ। ਚੱਲ ਮੈਨੂੰ, ਅਸੀਂ ਇੱਧਰ ਡਲ ਗਏ ਪੁਲ ਕੰਨੀ ਵੱਗ, ਉੱਥੋਂ ਹੀ ਸਾਨੂੰ ਫੇਰ ਮੋੜ ਲਿਆ ਪੈਪ ਲੈ ਕੇ ਜਾ ਕੇ ਜੀ, ਜਾਂ ਪੈਪ ਲੈ ਕੇ ਜਾ ਕੇ ਮੋੜ ਲਿਆ, ਅਸੀਂ ਆ ਗਏ ਜੀ। ਆਏ ਵੀ ਉੱਥੋਂ, ਉੱਥੇ ਪੈਪ ਲੱਗ ਗਿਆ ਮਾਰਨ, ਉੱਥੋਂ ਅਸੀਂ ਮੁੜਿਆ ਡਰਦੇ ਵੀ ਚੱਲ ਵਗ ਚੱਲਦੇ ਹਾਂ, ਮੈਂ ਤੁਹਾਨੂੰ ਕੁਛ ਨਹੀਂ ਕਹਿੰਦਾ, ਵਗ ਚਲੋ ਆ ਗਏ ਜੀ ਅਸੀਂ। ਜਦ ਅਸੀਂ ਉਰੇ ਆ ਗਏ, ਆ ਕੇ ਫੇਰ ਰੋਕਣੀ ਜੀ ਲੱਗ ਗਿਆ ਸੀ ਮਾਰਨ ਸੁੱਟੀਆਂ, ਆ ਪਏ ਪਏ ਜੀ, ਜਾਂ ਮਾਰ ਲੱਗਾ ਸੀ ਸਾਰੇ ਇਕੱਠੇ ਹੋ ਕੇ, ਜਾਂ ਫੜਨ ਲੱਗੇ ਮੋੜ ਹਟਾਉਣ ਲੱਗੇ, ਉਹ ਫੇਰ ਮਾਰ ਲੱਗ ਗਿਆ ਜੀ ਪੈਪ। ਜਦ ਉਹਨੇ ਦੁਬਾਰੇ ਪੈਪ ਮਾਰੇ, ਇਹ ਗਿਰ ਗਈ ਆ, ਸੂਟ ਹੀ ਗਿਰ ਗਈ, ਸਾਰੇ ਨੁਕਸਾਨ ਹੋ ਗਿਆ ਜੀ। ਇਹਦੇ LCD ਹੋਏ, ਫਰਿੱਜ ਹੋਏ ਦੋਹਾਂ ਦੇ, ਗਾਹ ਬੈੱਡ ਹੋਏ, ਜਿਹੜੇ ਦੇ ਲਪੇਟੀ 'ਚ ਕੱਪੜੇ ਤੀ, ਇਹਦਾ 5-4 ਹਜ਼ਾਰ ਰੁਪਈਆ ਵੀ ਰੱਖਿਆ ਵਾ ਤੀ ਦਿਹਾੜੀਆਂ ਕਰ ਕਰਕੇ ਵਿਚਾਰੀ ਦਾ, ਉਹ ਵੀ ਮੱਚ ਗਿਆ।
ਇਹਦੇ ਬੈੱਡ ਸਾਰੇ ਮੱਚ ਗਏ, ਪੀੜਾ ਸੈੱਟ ਸਾਰਾ ਹੀ ਮੱਚ ਗਿਆ ਜੀ, ਵਿੱਚ ਜਿਹੜਾ ਫਰਿੱਜ ਫਰੁੱਜ ਐਲ ਸੀ ਡੀ ਕੁਛ ਵੀ ਨਹੀਂ ਰਿਹਾ ਜੀ, ਪਾਉਣ ਵਾਲਾ ਕੱਪੜਾ ਵੀ ਹੁਣ ਜਿਹੜੇ ਸਾਡੇ ਸੱਸਾਂ ਨੂੰ ਉਹਦੇ ਤਿੰਨਾਂ ਦੇ ਆਪਦੇ ਆਪਦੇ ਕੱਪੜੇ ਪਾਏ ਪਏ ਨੇ ਉਹੀ ਸਾਡੇ ਹੈਗੇ ਨੇ ਜੀ। ਮੰਗ ਜੀ ਤੁਹਾਨੂੰ ਪਤਾ ਬੱਚੇ ਨੇ ਦਿਹਾੜੀ ਕਰਕੇ ਖਾਣ ਵਾਲੀਆਂ ਨੇ ਤਾਂ ਦਿਹਾੜੀ ਤੋਂ ਹੀ ਆਈਆਂ ਤੀਆਂ ਜੀ, ਇਹ ਜੀ ਮੰਗ ਤਾਂ ਆਹੀ ਹੈ ਜੀ ਸਾਡਾ ਗਰੀਬਾਂ ਦਾ, ਚੱਲ ਕੋਈ ਹੱਲ ਹੋ ਜਾਵੇ ਜੀ। ਗਾਹਾਂ ਦੇਖੋ ਬਜ਼ੁਰਗ ਹੈ ਜਿਹੜਾ ਇਹਨਾਂ ਦਾ ਬਾਪ ਹੈ, ਜਮੇ ਬਜ਼ੁਰਗ ਹੈ, ਉਹ ਬੋਰੀਆਂ ਚੱਕਦਾ ਡੰਗ ਦੀ ਡੰਗ ਲਿਆ ਕੇ ਮੈਨੂੰ ਦਵਾਈ ਦਵਾਉਂਦਾ ਜੀ। ਮੈਂ ਸ਼ੂਗਰ ਦਾ ਮਰੀਜ਼ ਹੈ, ਲੱਤ ਮੇਰੀ ਟੁੱਟੀ ਵੀ ਹੈ, ਮੇਰੇ ਰਾੜ ਪਈ ਵੀ ਹੈ ਸਾਲ ਕੁ। ਉਹ ਕੀ ਕੰਮ ਕਰਦਾ ਬੇਟੇ ਦਾ ਨਾਮ ਕੀ ਤੁਹਾਡੇ ਦਾ? ਗੁਰਪ੍ਰੀਤ ਹੈ ਜੀ। ਕੰਮ ਕੀ ਕਰਦਾ? ਵਰਕ ਸਾਹਿਬ 'ਚ ਲੱਗਿਆ ਵਾ ਜੀ। ਅਤੇ ਮੈਂ ਸੁੱਤਾ ਉੱਠਿਆ ਆਇਆ ਅਤੇ ਆ ਕੇ ਦੇਖਿਆ ਬਹੁਤ ਬੁਰਾ ਹਾਲ ਸੀ, ਅਤੇ ਤਿੰਨੇ ਕਮਰਿਆਂ ਦੇ ਵਿੱਚ ਲਾਟਾਂ ਬਹੁਤ ਜ਼ਿਆਦਾ ਭੈਂਕਰ ਅੱਗ ਸੀ। ਚਲੋ ਮੈਨੂੰ ਇਸ ਤਰ੍ਹਾਂ ਲੱਗਿਆ ਵੀ ਸ਼ਾਇਦ ਬੱਚੇ ਨਾ ਹੋਣ ਅੰਦਰ, ਤੋ ਦੇਖਿਆ ਵੀ ਅੰਦਰ ਕੋਈ ਨਹੀਂ ਸੀ ਸਾਰੇ, ਵੈਸੇ ਵੀ ਅੱਗ ਬਹੁਤ ਬੁਰੀ ਤਰ੍ਹਾਂ ਫੈਲੀ ਹੋਈ ਸੀ। ਅਸੀਂ ਸਾਰੇ ਇੱਧਰੋਂ ਵਿਹੜਾ ਇਕੱਠਾ ਕੀਤਾ, ਅੱਗ ਬਹੁਤ ਔਖੀ ਬੁਝਾਈ ਜੀ, ਪਰ ਬਚਿਆ ਕੁਛ ਨਹੀਂ। ਕੀ ਕਾਰਨ ਆ ਵੀ ਕਿਹਨੇ ਲਗਾਈ ਸੀ ਅੱਗ? ਅੱਗ ਤਾਂ ਜੀ ਹੁਣ ਇਹਨਾਂ ਦਾ ਬੇਟਾ ਜੀ, ਇਹਨਾਂ ਨਾਲ ਕੁੜੀ ਮਾੜੀ ਮੋਟੀ ਲੱਗ, ਚਲੋ ਲੜਾਈ ਝਗੜਾ ਸਭ ਦੇ ਹੁੰਦਾ, ਪਰ ਇੰਨਾ ਵੀ ਨਹੀਂ ਚਾਹੀਦਾ ਕਿ ਆਪਾਂ ਸਭ ਕੁਛ ਬਰਬਾਦ ਕਰ ਦਈਏ। ਛੋਟੇ ਛੋਟੇ ਬੱਚੇ ਨੇ, ਚਲੋ ਲੜਾਈ ਝਗੜਾ ਮਾੜਾ ਮੋਟਾ ਹੁੰਦਾ ਰਹਿੰਦਾ ਅਕਸਰ ਤੋਂ ਸਾਰਿਆਂ ਦੀ ਹੁੰਦਾ, ਅਤੇ ਵੀ ਜੇ ਤਾਂ ਜੋ ਬਹੁਤ ਭੈਣਕਰ ਉਹਨੇ ਸਾਰਾ ਨੁਕਸਾਨ ਹੋ ਗਿਆ, ਬਹੁਤ ਜ਼ਿਆਦਾ ਨੁਕਸਾਨ, ਕੁਛ ਵੀ ਬਚਿਆ ਨਹੀਂ। ਕਿੰਨੇ ਕੁ ਲੱਖਾਂ ਰੁਪਏ ਦਾ ਨੁਕਸਾਨ? ਕਿੰਨੇ ਕੁ ਘੱਟ ਤੋਂ ਘੱਟ 10 ਲੱਖ ਰੁਪਏ ਦਾ ਨੁਕਸਾਨ ਹੋਊਗਾ ਜੀ। ਅਤੇ ਫਿਰ ਵੀ ਜੋ ਕੁਛ ਵੀ ਕਰ ਸਕਦੇ ਬੰਦਾ, ਇਹਨਾਂ ਨੂੰ ਵੀ ਸੜ ਸਕਦਾ ਸੀ। ਸਾਨੂੰ ਇੱਕ ਇਤਲਾਹ ਆਈ ਸੀ ਸਿਵਲ ਹਸਪਤਾਲ ਤੋਂ ਵੀ ਇੱਕ ਸੰਦੀਪ ਕੌਰ ਅਤੇ ਹਰਜਿੰਦਰ ਕੌਰ ਦਾਖਲ ਆ, ਅਤੇ ਜਾ ਕੇ ਜਦੋਂ ਪਤਾ ਕਰਿਆ ਸਾਰੀ ਉਹਨਾਂ ਤੋਂ ਬਿਆਨ ਲਿਆ, ਉਹਨਾਂ ਦੱਸਣ ਮੁਤਾਬਕ 26 ਤਰੀਕ ਨੂੰ ਕਰੀਬ 7 ਵਜੇ ਸ਼ਾਮ ਨੂੰ ਜਿਹੜਾ ਸੰਦੀਪ ਕੌਰ ਦਾ ਘਰ ਵਾਲਾ ਗੁਰਪ੍ਰੀਤ ਸਿੰਘ ਆ ਉਹ ਘਰ ਆਇਆ, ਆਉਂਦੇ ਸਾਰ ਉਹਨੇ ਦਾਰੂ ਪੀਤੀ ਹੋਈ ਸੀ, ਸੰਦੀਪ ਕੌਰ ਨੂੰ ਵੀ ਕੁੱਟਿਆ, ਆਪਦੀ ਭਰਜਾਈ ਹਰਜਿੰਦਰ ਕੌਰ ਨੂੰ ਅਤੇ ਜਿਹੜੀ ਉਹਦੀ ਮਦਰ ਆ ਉਹਨੂੰ ਵੀ, ਤਿੰਨਾਂ ਨੂੰ ਕਾਫੀ ਪਹਿਲਾਂ ਉਹਨੇ ਸਟੀਲ ਦੀ ਰੌਡ ਨਾਲ ਕੁੱਟਿਆ। ਉਸ ਤੋਂ ਬਾਅਦ ਜਦੋਂ ਰੌਡ ਉਹਦੀ ਪਰਿਵਾਰਕ ਮੈਂਬਰਾਂ ਨੇ ਫੜ ਲਈ, ਫਿਰ ਉਹ ਘਰੋਂ ਚਲਾ ਗਿਆ, ਉਹਨਾਂ ਨੂੰ ਕਹਿੰਦਾ ਮੈਂ ਆ ਕੇ ਇਸਨੂੰ ਦੁਬਾਰਾ ਕੁੱਟੂੰਗਾ, ਜਿਸ ਕਰਕੇ ਉਹਦੇ ਪਰਿਵਾਰ ਦੇ ਮੈਂਬਰ ਜਿਹੜੇ ਉਹ ਕਿਸੇ ਰਿਸ਼ਤੇਦਾਰ ਦੇ ਘਰ ਚਲੇ ਗਏ। ਸੋ ਮਗਰੋਂ ਕਰੀਬ ਉਹਨੇ ਰਾਤ ਨੂੰ 12-1 ਵਜੇ ਆ ਕੇ ਆਪਦੇ ਘਰ ਨੂੰ ਜਿਹੜੀ ਉਹ ਅੱਗ ਲਾ ਦਿੱਤੀ, ਜਿਹਦੇ ਨਾਲ ਤਕਰੀਬਨ ਉਹਨਾਂ ਦੇ 3 ਬੈੱਡ ਅਤੇ ਅਲਮਾਰੀਆਂ ਅਤੇ ਹੋਰ ਕਾਫੀ ਸਮਾਨ ਜਿਹੜਾ ਉਹਨਾਂ ਦਾ ਸੀ ਘਰ ਦਾ ਉਹ ਟੋਟਲੀ ਸੜ ਗਿਆ। ਜੋ ਬਿਆਨ ਮੁਤਾਬਕ ਅਸੀਂ ਜਿਹੜੀ ਐੱਫ ਆਈ ਆਰ ਰਜਿਸਟਰ ਕਰਤੀ ਹੈ, ਅਤੇ ਫਿਲਹਾਲ ਜਿਹੜਾ ਇਹ ਗੁਰਪ੍ਰੀਤ ਸਿੰਘ ਇਹ ਭੱਜਿਆ ਹੋਇਆ, ਇਹਨੂੰ ਜਿਹੜਾ ਅਸੀਂ ਫੜਨ ਦੀ ਪੂਰੀ ਕੋਸ਼ਿਸ਼ ਕਰ ਰਹੇ। ਕਿਹੜੀ ਧਾਰਾ ਦੇ ਤਹਿਤ? ਇਹ ਧਾਰਾ 436, 323, 506 ਲਾ ਕੇ ਅਸੀਂ ਜਿਹੜੀ ਐੱਫ ਆਈ ਆਰ ਦਰਜ ਕੀਤੀ। ਇਹ ਦਿਹਾੜੀਦਾਰੀ ਕਰਦੇ ਨੇ ਜਿਹੜੇ, ਇਹਨਾਂ ਦਾ ਮੇਨ ਰੰਜਿਸ਼ ਵੀ ਇਹੀ ਸੀ ਕਿ ਆਪਦੀ ਵਾਈਫ ਨੂੰ ਦਿਹਾੜੀ ਜਾਣ ਤੋਂ ਰੋਕਦਾ ਸੀਗਾ, ਸੋ ਇਹ ਆਪ ਦਾਰੂ ਪੀਣ ਕਰਕੇ ਬੱਚਿਆਂ ਨੂੰ ਖਰਚਾ ਨਹੀਂ ਦਿੰਦਾ, ਫਿਰ ਉਹ ਕਹਿੰਦੀ ਵੀ ਮੈਂ ਜਾਣਾ ਦਿਹਾੜੀ ਬੱਚੇ ਪਾਲਣੇ, ਜਿਸ ਕਰਕੇ ਇਹਨਾਂ ਦਾ ਕਲੇਸ਼ ਰਹਿੰਦਾ ਸੀ। ਇਸੇ ਗੁੱਸੇ 'ਚ ਇਹਨੇ ਇਹ ਕੰਮ ਕੀਤਾ।